ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਜਿਸ ਤਰ੍ਹਾਂ ਪਿਛਲੇ ਕਾਫੀ ਦਿਨਾਂ ਤੋਂ ਕਬੂਤਰਾਂ ਦੀ ਜਿਹੜੇ ਕਬੂਤਰਬਾਜ਼ ਆ ਉਹਨਾਂ ਦੀ ਇੰਟਰਵਿਊ ਕਰਦੇ ਆ ਰਹੇ ਹਾਂ, ਅਤੇ ਅੱਜ ਮੈਂ ਪਿੰਡ ਮੰਡੀ ਕਲਾਂ ਦੇ ਵਿੱਚ ਪਹੁੰਚ ਚੁੱਕਾ। ਸੋ ਇੱਥੇ ਤੁਹਾਨੂੰ ਪੁਰਾਣੇ ਜਿਹੜੇ ਬਜ਼ੁਰਗ ਆ ਸਾਡੇ ਹਰੀ ਸਿੰਘ ਹੋਣੀ, ਸੋ ਬਾਈ ਬਾਲੀ ਹੋਣੀ, ਸੋ ਇਹਨਾਂ ਦੇ ਪਿੰਡ ਆਇਆ, ਅਤੇ ਹੋਰ ਵੀ ਕਾਫੀ ਦੋਸਤ ਮਿੱਤਰ ਪਿੱਛੇ ਜਿੰਨਾ ਵੀ ਤੁਸੀਂ ਆ ਗਰੁੱਪ ਦੇਖ ਰਹੇ ਹੋ, ਮੈਨੂੰ ਲੱਗਦਾ ਅੱਜ ਦਾ ਜਿੰਨੇ ਕੁ ਦਿਨਾਂ ਤੋਂ ਮੈਂ ਦੋ ਤਿੰਨ ਦਿਨ ਤੋਂ ਕਬੂਤਰਬਾਜ਼ਾਂ ਦੀ ਇੰਟਰਵਿਊ ਕਰ ਰਹੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ, ਪੁਰਾਣੇ ਖਿਡਾਰੀਆਂ ਦੀ ਗੱਲਬਾਤ ਕਰ ਰਹੇ ਹਾਂ, ਜਿੰਨਾ ਕੁ ਗਰੁੱਪ ਤੁਸੀਂ ਦੇਖ ਰਹੇ ਹੋ, ਅਤੇ ਇਹਦੇ ਵਿੱਚ ਇੱਕ ਵੀ ਬੰਦਾ ਉਹ ਨਹੀਂ ਹੈਗਾ ਜਿਹੜਾ ਕਬੂਤਰਬਾਜ਼ ਨਹੀਂ। ਸੋ ਪੂਰੇ ਸਾਰੇ ਤਕੜੇ ਕਬੂਤਰਬਾਜ਼ ਆ, ਇਹਨਾਂ ਸਾਰਿਆਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ, ਸਾਰਿਆਂ ਦੇ ਨਾਮ ਵੀ ਆਪਣੇ ਦੱਸਣਗੇ ਬਾਈ ਜੀ ਹੋਣੀ ਕਿਹੜੇ ਕਿਹੜੇ ਹੈਗੇ ਆ, ਅਤੇ ਜਿਸ ਤਰ੍ਹਾਂ ਸਾਡੇ ਬਜ਼ੁਰਗ ਬੈਠੇ ਆ ਹਰੀ ਸਿੰਘ ਹੋਣੀ, ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੇ ਟਾਈਮ 'ਚ ਇਹਨਾਂ ਨੇ ਕਬੂਤਰ ਰੱਖੇ ਸੀ, ਅਤੇ ਬਾਈ ਬਾਲੀ ਹੋਣਾਂ ਨੇ ਜੋ ਇੱਥੇ ਕਲੱਬ ਬਣਾਇਆ ਹੋਇਆ ਇੱਕ, ਸੋ ਕਲੱਬ ਦੀਆਂ ਬਾਜ਼ੀਆਂ ਦੇ ਵਿੱਚ ਕੀ ਕੁਛ ਹੁੰਦਾ, ਕਿੱਦਾਂ ਬਾਜ਼ੀਆਂ ਦੇ ਵਿੱਚ ਐਂਟਰੀ ਹੁੰਦੀ ਆ, ਉਹਦੀ ਗੱਲਬਾਤ ਕਰਾਂਗੇ। ਇੱਕ ਹੋਰ ਦਿਲਚਸਪੀ ਵਾਲੀ ਗੱਲ ਇਹਦੇ 'ਚ ਇਹ ਹੈਗੀ ਆ ਕਿ ਸਾਡੇ ਨਾਲ ਬਿਲਕੁਲ ਮੇਰੇ ਨਾਲ ਪ੍ਰੋਫੈਸਰ ਸਾਹਿਬ ਬੈਠੇ ਹੋਏ ਆ ਕਾਲਜ ਦੇ ਵਿੱਚ, ਸੋ ਇਹ ਕਹਿੰਦੇ ਸਾਨੂੰ ਵੀ ਸ਼ੌਂਕ ਆ ਬੇਸ਼ੱਕ ਉੱਧਰ ਕਲਾਸ ਲਾਉਣੀ ਹੋਵੇ, ਅਤੇ ਬੱਚੇ ਕਹਿੰਦੇ ਜਦੋਂ ਪੁੱਛਦੇ ਆ ਨਾ ਅੱਜ ਪ੍ਰੋਫੈਸਰ ਸਾਹਿਬ ਨਹੀਂ ਆਏਗੇ, ਕਹਿੰਦੇ ਪ੍ਰੋਫੈਸਰ ਸਾਹਿਬ ਤਾਂ ਅੱਜ ਕਬੂਤਰਾਂ ਦੀ ਬਾਜ਼ੀ 'ਤੇ ਗਏ ਹੋਣੇ, ਅਤੇ ਪੁੱਛ ਲਓ ਕਿਹੜੇ ਪਿੰਡ ਆ, ਕੁਛ ਕੁ ਜਿਹੜੇ ਚੇਲੇ ਇਹਨਾਂ ਦੇ ਕਬੂਤਰ ਵਾਲੇ ਉਹ ਵੀ ਆ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਦੋਸਤੋ ਮੈਂ ਸਰਦਾਰ ਹਰੀ ਸਿੰਘ ਹੋਣਾ ਦਾ ਸਵਾਗਤ ਕਰਾਂ, ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਟਾਈਮ ਕੱਢਿਆ ਅੱਜ, ਅਤੇ ਉਸ ਤੋਂ ਨਾਲ ਬਾਲੀ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ, ਅਤੇ ਮੈਂ ਕੋਸ਼ਿਸ਼ ਕਰੂੰਗਾ ਕਿ ਸਭ ਤੋਂ ਪਹਿਲਾਂ ਮੈਂ ਜਿਹੜੇ ਕਬੂਤਰ ਵਾਲੇ ਬਾਈ ਹੈਗੇ ਆ ਸਾਰੇ ਆਪਣਾ ਨਾਮ ਬਾਈ ਜੀ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਜਗਤਾਰ ਸਿੰਘ ਹੈ ਜੀ। ਅਤੇ ਪ੍ਰੋਫੈਸਰ ਕਿੱਥੇ ਵੀ ਦੱਸੋ? ਮੈਂ ਕਾਲਜ ਯੂਨੀਵਰਸਿਟੀ ਰਾਮਪੁਰਾ ਦੇ ਵਿੱਚ ਆ। ਤੁਸੀਂ ਬਾਈ ਜੀ ਤੁਹਾਡਾ ਨਾਮ? ਬਾਲੀ ਸਿੰਘ। ਬਾਲੀ ਸਿੰਘ ਜੀ, ਠੀਕ ਹੈ ਜੀ, ਤੁਸੀਂ ਇਹ ਪਿੰਡ ਮੰਡੀ ਤੋਂ ਹੀ ਆਏ ਨਾ ਵੀਰ ਜੀ? ਤੁਹਾਡਾ ਨਾਮ? ਜਾਦੀ ਹੈ ਜੀ। ਤੁਹਾਡਾ ਨਾਮ ਵੀਰ ਜੀ? ਅੱਛਾ, ਬੋਲ ਸਕਦਾ, ਠੀਕ ਹੈ ਜੀ। ਸੋ ਤੁਹਾਡਾ ਨਾਮ ਵੀਰ? ਧੰਨਾ ਸਿੰਘ ਜੀ। ਸੋ ਇਹ ਧੰਨਾ ਜਿਹੜਾ ਧੰਨਾ ਮਹਿਰਾਜ ਦਾ ਵੱਡਾ ਵੱਡਾ ਨਾਮ ਸੀ ਜੀ। ਸੋ ਅਸੀਂ ਕਬੂਤਰਬਾਜ਼ ਆ ਜਿਹੜੇ ਉਹਨਾਂ ਨੂੰ ਇੱਕ ਉਸਤਾਦ ਦੇ ਤੌਰ 'ਤੇ ਵਧੀਆ ਪਲੇਅਰ ਦੇ ਤੌਰ 'ਤੇ ਜਾਣਦੇ ਹਾਂ ਜੀ। ਸੋ ਬੇਟੇ ਦਾ ਨਾਮ ਧੰਨਾ ਚੰਗਾ ਲੱਗਦਾ, ਧੰਨਾ ਨਾਮ ਸੁਣ ਕੇ, ਖਾਸ ਕਰਕੇ ਕਬੂਤਰਾਂ ਵਾਲੇ ਨੂੰ। ਇਹ ਵੀਰ ਤੁਹਾਡਾ ਨਾਮ? ਆਪਣਾ ਹਰਪ੍ਰੀਤ। ਹਰਪ੍ਰੀਤ ਹੋਈ ਹੈ। ਤੁਹਾਡਾ ਵੀਰ ਜੀ? ਸਨੀ। ਸਨੀ ਨਾਮ ਤੁਹਾਡਾ ਵੀਰ ਜੀ? ਜੱਗੂ ਜੀ। ਅੰਕਲ ਜੀ ਤੁਸੀਂ ਵੀ ਨੇੜੇ ਆ ਜਾਓ ਜੀ, ਤੁਸੀਂ ਵੀ ਆਪਣਾ ਨਾਮ ਦੱਸੋ। ਤੁਹਾਡੇ ਵੀ ਕਬੂਤਰ ਰੱਖੇ ਹੋਏ ਆ ਜੀ? ਰੱਖੇ ਹੋਏ? ਅੱਛਾ, ਸਾਰਾ ਜਗਾੜ ਹੈ ਤੁਹਾਡਾ ਹੀ ਹੈ, ਠੀਕ ਹੈ। ਤੁਹਾਡਾ ਨਾਮ ਕੀ ਜੀ? ਮਿੱਠੂ ਹੈ। ਮਿੱਠੂ ਜੀ, ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਹਾਂਜੀ, ਹਰਪਾਲ ਸਿੰਘ। ਹਰਪਾਲ ਸਿੰਘ ਜੀ, ਆਪਣੇ ਬਜ਼ੁਰਗ ਕਹਿੰਦੇ ਜੀ, ਜਿੰਨੇ ਵੀ ਇਹ ਜਵਾਕ ਹੈਗੇ ਆ ਜਿਹੜੇ ਵੀ ਆ, ਤੇ ਇਹਨਾਂ ਨੇ ਸਾਡੀ ਮਤਲਬ ਦੇਣ ਆ ਜੀ, ਬੜੀ ਚੰਗੀ ਦੇਣ ਆ, ਸਾਨੂੰ ਤਾਂ ਇਹ ਬੜਾ ਚੰਗਾ ਲੱਗਦਾ। ਤੇ ਹੁਣ ਮੈਂ ਜਦੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਸਰਦਾਰ ਹਰੀ ਸਿੰਘ ਹੋਣੀ, ਸੋ ਕਹਿੰਦੇ ਜੀ ਸਾਡਾ, ਜਿਵੇਂ ਉਹਨਾਂ ਨੇ ਬਜ਼ੁਰਗਾਂ ਨੇ ਕਿਹਾ ਕਿ ਸਾਡਾ ਹੀ ਆ ਸਾਰਾ ਕੁਝ ਜੀ, ਇਹ ਤਾਂ ਹਰੀ ਸਿੰਘ ਹੋਣੀ ਕਹਿੰਦੇ ਸਾਡੀ ਦੇਣੀ ਆ। ਅਤੇ ਮੈਂ ਨਾ ਪਹਿਲਾਂ ਗੱਲਬਾਤ ਕਰਦੇ ਹੁੰਦੇ ਸੀ ਦੋਸਤੋ, ਇਹ ਘਰ ਦੇ ਵਿੱਚ ਕਬੂਤਰ ਰੱਖਣੇ ਜਵਾਕ ਵਿਗੜ ਜਾਣਗੇ, ਅਤੇ ਮੈਂ ਹਰੀ ਸਿੰਘ ਹੋਣਾਂ ਨੂੰ ਕਿਹਾ ਕਿ ਜਿੰਨੇ ਜਵਾਕ ਆ ਸਾਰੇ ਤੁਸੀਂ ਵਿਗਾੜੇ ਆ, ਕੀ ਕਹਿੰਦੇ ਹੋ ਜੀ? ਮਤਲਬ ਸਾਰਾ ਕੰਮ ਤੁਸੀਂ ਕੀਤਾ ਜੀ ਆ ਜਿਹੜਾ ਹੈਗਾ। ਸੋ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕਬੂਤਰ ਰੱਖੇ? ਇਹ ਤੁਸੀਂ ਦੇਖ ਲਓ ਜੀ, ਮੈਂ ਕੋਈ ਹੋਊਂਗਾ ਜੀ 25 ਸਾਲ ਦਾ ਹੋਊਗਾ। 25 ਸਾਲ ਦੇ ਸੀਗੇ, ਲਕਸ਼ਮੀ ਮੈਂ ਛੱਡ ਗਿਆ ਸੀਗਾ, ਠੀਕ ਹੈ, ਠੀਕ ਹੈ। ਉਹ ਮੈਨੂੰ ਆਹ ਲੱਗ ਗਿਆ ਨਕਸ਼ ਲੈ ਕੇ ਮੈਨੂੰ ਲੁਧਿਆਣੇ, ਠੀਕ ਹੈ। ਇੱਕ ਮੇਰਾ ਭਤੀਜਾ ਸੀ, ਉਹ ਕਰਦਾ ਸੀ ਇੰਜੀਨੀਅਰ ਦਾ ਕੋਰਸ, ਠੀਕ ਹੈ, ਉਹ ਬਰਾਂਚ ਕਰਦਾ। ਉਸਨੇ ਅਸੀਂ ਜਗਰਾਸੇ ਬਣ ਜਾਂਦੇ ਜੀ, ਮਸਾਂ ਕਰਦੇ, ਉਹਨੂੰ ਮੈਨੂੰ ਲਾ, ਠੀਕ ਹੈ। ਲਾਉਣ ਤੋਂ ਬਾਅਦ ਉਹ ਫੜ ਕੇ ਛੜਾਇਆ ਗਿਆ ਜੀ, ਠੀਕ ਹੈ। ਉਹਦੇ 'ਚ ਮੈਨੂੰ ਫੜਿਆ, ਪਤਾ ਨਹੀਂ ਸੀ ਵੀ ਮੈਂ ਇਸ ਗਿਆ, ਠੀਕ, ਮੈਨੂੰ ਫੜਿਆ ਗਿਆ ਜੀ, ਫੜ ਕੇ ਚਲੋ ਮੇਰਾ ਨਾਮ ਦੱਸ ਦੇਣਾ, ਮਾਰਨੀ,
ਠੀਕ ਹੈ। ਉਹ ਮੈਂ ਆਪਦੇ ਚਿੱਚ ਗਿਆ ਪਿੰਡ ਆ ਕੇ, ਮੈਂ ਕੋਈ ਬੈਲੀ ਜਿਹਾ ਕੰਮ ਕਰਨੀ, ਜਿਹਨੂੰ ਲੋਕ ਨੇ ਇਹਦਾ ਬੈਲੀ ਆ ਵੀ ਆਹ ਕੰਮ ਵਾਲਾ ਯਾਰ। ਅੱਛਾ ਜੀ, ਮੈਂ ਕਬੂਤਰ ਰੱਖ ਲਾ, ਮੈਂ ਪੁੰਨਾ ਗਾ ਅਤੇ ਨਾ ਲੋਕਾਂ ਨੂੰ ਕਬੂਤਰ ਵਾਜਾ ਜਾਣੀ, ਕਬੂਤਰ ਵਾਜਾ ਵੀ ਇਹ ਕੋਈ ਮਤਲਬ ਦੂਜਿਆਂ ਦੇ ਵਿੱਚ ਪਾਰਟੀ 'ਚ ਨਹੀਂ ਖੇਡਦੇ, ਇਹ ਰੋਜ਼ ਰਾਹ 'ਚ ਨਹੀਂ। ਕਿਉਂ ਮੈਂ ਰੱਖੇ ਜੀ, ਪੁੱਛ ਮੇਰੇ ਘਰ ਨਹੀਂ ਆਈ, ਪੁੱਛੋ ਕੌਣ ਆ, ਕੀ ਹੈ। ਠੀਕ ਹੈ, ਸੋ ਮਤਲਬ ਜਦੋਂ ਦੇ ਕਬੂਤਰ ਰੱਖ ਲਏ ਉਦੋਂ ਬਾਅਦ ਫਿਰ ਲੋੜ ਨਹੀਂ ਪਈ। ਅੱਜ ਤੁਹਾਡੀ ਬਜ਼ੁਰਗ ਕਿੰਨੀ ਕੁ ਉਮਰ ਆ? ਮੇਰੀ ਹੈਗੀ ਦੋਨੋਂ 45 ਜਾਂ 70 ਕੁ ਸਾਲ, 70-71 ਸਾਲ ਹੋ ਗਏ ਅਤੇ 25 ਕੱਢ ਕੇ ਪਿੱਛੋਂ ਕਿੰਨੇ ਕੁ ਹੋ ਗਏ ਜੀ? ਮਤਲਬ ਪ੍ਰੋਫੈਸਰ ਸਾਹਿਬ ਦੱਸ ਦਿੰਦੇ ਕਿ 75 ਹੋ ਜਾਏ ਆਪਾਂ, ਲਗਭਗ ਆਲਮੋਸਟ 50 ਹੋ ਗਏ, 50 ਕੁ ਸਾਲ ਹੋ ਗਏ ਜੀ ਤੁਹਾਨੂੰ ਕਬੂਤਰ ਰੱਖਿਆ, ਅਤੇ ਫਿਰ ਉਦੋਂ ਦੇ ਕਬੂਤਰ ਰੱਖੇ ਅਤੇ ਅੱਜ ਤੱਕ ਉਵੇਂ ਹੀ ਚੱਲਦੇ ਆ? ਚੱਲਦੇ ਹੁਣ ਤਾਂ, ਪਰ ਮੈਂ ਬਿਜਲੀ ਜੋ ਬਾਜੀਆਂ ਸਾਡਾ ਜੀ ਜਿੱਤਦਾ ਸੀ ਮੁੰਡੇ ਵੀ ਖਰਾਬ ਸੀ, ਹੁਣ ਤਾਂ ਸਿਆਣੇ ਬਣ ਗਏ ਮੁੰਡੇ, ਠੀਕ ਹੈ, ਲੜਦੇ ਨਹੀਂ ਉਹ ਲੜਦੇ ਸੀ, ਠੀਕ ਹੈ ਜੀ। ਮੇਰਾ ਲੜਕਾ ਸੀਗਾ ਜੀ ਉਹ ਗਰਮ ਦਾ, ਠੀਕ ਹੈ, ਉਹ ਮਤਲਬ ਕਿਸੇ ਨੂੰ ਕੁੱਟਣ ਤੱਕ ਵੀ ਜਾਂਦਾ ਕਬੂਤਰ ਪਿੱਛੇ ਕਿ ਜਦੋਂ ਬਾਜੀ 'ਤੇ ਜੇ ਬਾਜੀ 'ਤੇ ਜਾਣੇ ਮਤਲਬ ਕਈ ਰੌਲਾ ਝਗੜਾ ਪੈ ਜਾਂਦਾ। ਉਹ ਮੈਂ ਆਪਦੇ ਜਿਸ ਕਿਹਾ ਵੀ ਜੇ ਤੂੰ ਕਬੂਤਰ ਰੱਖੇ ਇਹ ਕਿਸੇ ਨੂੰ ਮਾਰ ਦੂ ਜਾਂ ਇਹਨੂੰ ਕੋਈ ਮਾਰ। ਅੱਛਾ, ਇੰਨਾ ਗੁੱਸੇ ਵਾਲਾ ਸੀਗਾ? ਹਾਂ, ਇਕੱਲਾ ਹੀ ਮੁੰਡਾ ਸੀਗਾ ਜੀ, ਠੀਕ ਹੈ, ਅਤੇ ਵੀ ਲੋਕ ਤੇਰੇ ਮੂੰਹ 'ਚ ਛੱਤਰ ਰਹਿਣਗੇ, ਸਾਡਾ ਕੁੱਤਾ ਉਸ ਮੁੰਡਾ ਨੂੰ। ਮੈਂ ਉਸ ਗੱਲ 'ਚ ਫਿਰ ਬਾਜੀ ਨਾਲ ਘੱਟ ਚਾਰ ਜਿਕਰ ਦੀ ਸਾਡਾ ਉਹਦਾ ਮਨ, ਠੀਕ ਹੈ, ਮੈਂ ਘੰਟਿਆਂ ਦੀਆਂ ਬੱਚੀਆਂ ਪਾਈਆਂ ਮੇਰੇ ਕੋਲ, ਠੀਕ ਹੈ। ਉਹਨੇ ਤਾਂ ਜਿੰਨਾ ਤੁਹਾਡਾ ਸਤਿਕਾਰ ਕਰਦੇ ਜੀ ਉਹਨੇ ਦੁਖੀ ਵੀ ਬੜੇ ਆ, ਕਹਿੰਦੇ ਜਦੋਂ ਅਸੀਂ ਕਬੂਤਰ ਆਏ ਤੇ ਬਾਬਾ ਸਾਨੂੰ ਕਬੂਤਰ ਵੀ ਦਿੰਦਾ ਸੀਗਾ। ਹਾਂ ਨਹੀਂ ਦਿੰਦਾ ਸੀਗਾ ਜੀ, ਫਿਰ ਉਸ ਤੋਂ ਬਾਅਦ ਇਹ ਫੜ ਫੁੜ ਵੀ ਲੈਂਦੇ ਸੀਗੇ ਜੀ, ਠੀਕ ਹੈ, ਇਹਨਾਂ ਦੇ ਫੜੇ ਵੇ ਬਚੇ ਮੈਂ ਫੜ ਕੇ ਬਾਜੀਆਂ ਛੱਡੇ, ਪਰ ਮੇਰਾ ਫੜ ਕੇ ਕਿਸੇ ਨੇ ਕਬੂਤਰ ਬਾਜੀਆਂ ਛੱਡਾ ਬੱਚੇ, ਠੀਕ ਹੈ ਜੀ। ਸੋ ਦੇਖ ਲਓ ਵੀ ਇੱਦਾਂ ਦੇ ਬਜ਼ੁਰਗ ਆ ਸਰਦਾਰ ਹਰੀ ਸਿੰਘ ਹੁਣੀ, ਸੋ ਪਿਛਲੇ ਤਕਰੀਬਨ 50 ਸਾਲ ਤੋਂ ਇਹਨਾਂ ਨੇ ਕਹਿੰਦੇ ਕਬੂਤਰ ਰੱਖੇ ਹੋਏ ਆ। ਸੋ ਕਬੂਤਰ ਰੱਖ ਕੇ ਕਹਿੰਦੇ ਨਸਲ, ਇਕੱਲੀ ਨਸਲ ਨਹੀਂ ਉਲਦੀ, ਨਸਲ ਦੇ ਨਾਲ ਜਿਹੜੀ ਮਿਹਨਤ ਹੁੰਦੀ ਹੈ ਤੁਹਾਡੀ ਕੀਤੀ, ਜਿਹੜੇ ਤੁਹਾਡੇ ਤਜਰਬੇ ਆ ਉਹ ਵੀ ਨਾਲ ਉਲਦੇ। ਹਾਂਜੀ, ਉਹ ਮੈਂ ਜਦੋਂ ਇਹ ਬਣਾ ਲਈ ਨੀਤ ਵੀ ਕਬੂਤਰ ਰੱਖਣੇ ਤਾਂ ਨਾ ਹੀ ਸੀਗਾ ਜਿਹੜਾ ਉਹ ਕਿਸੇ ਪੱਖੋਂ ਮੇਰਾ ਮਾਸਟਰ ਨਹੀਂ ਲੱਗਦਾ ਜੀ, ਉਹਦਾ ਜਿਹੜਾ ਦੁਨੀ ਬੋਲ ਪਾਇਆ ਸੀ ਉਹ ਉੱਥੇ ਮੈਂ ਦੱਸਦਾ ਜਾਣੀ ਪਗਵਾੜੀ ਆ ਹੀ ਬਣਦਾ ਜੀ, ਜਿਹੜਾ ਧੰਨੇ ਦਾ ਬੇਟਾ ਜੀ, ਬੋਲ ਪਾਇਆ ਰਿਸ਼ਤੇਦਾਰ ਦਾ, ਰਿਸ਼ਤੇਦਾਰ ਦਾ ਰਸਤਾ, ਉਹ ਤੁਹਾਡਾ ਦੋਸਤ ਬਣ ਗਿਆ, ਅਤੇ ਉਦੋਂ ਬਾਅਦ ਉਹ ਪਿੰਡ 'ਚੋਂ ਖੇਤ 'ਚ ਵੱਗ ਗਈ, ਮੈਂ ਪੁੱਛ ਕੇ ਖੇਤ 'ਚ ਜਾ ਰਿਹਾ ਸਾਲ ਨੂੰ ਘਰ ਪਾ, ਪਹਿਲਾਂ ਉਸ ਮਾਸਟਰ ਦਾ ਡਰਦਾ ਸੀਗਾ, ਉਹਦੇ ਪੁੱਤ ਨੂੰ ਕਿਹਾ ਠੀਕ ਹੈ, ਮੈਂ ਜੇ ਮੈਂ ਕਿਹਾ ਕਿ ਪੁੱਤਰ ਸੋਨੇ ਨੇ ਕਿਸੇ ਦਾਦੇ ਨੇ ਰੱਖੇ ਤੂੰ ਕਿਉਂ ਰੱਖਦਾ ਹੁਣ, ਠੀਕ ਹੈ ਨਾ, ਅਤੇ ਮੈਂ ਉਹਨੂੰ ਕੀ ਦੱਸੂੰਗਾ, ਅਤੇ ਉਹਨੂੰ ਦੱਸ ਦੀ ਵੀ ਆਹ ਗੱਲ ਵੀ ਆਹ ਗੱਲ ਮਗਰ ਉਹਨੇ ਮੈਨੂੰ ਕਚੋਰੀ ਲੈ ਕੇ ਦੇਤੀ ਧੰਨੇ ਤੋਂ, ਜਿਹੜੇ ਤੁਹਾਡੇ ਕੋਲ ਮੁੱਢ ਕਬੂਤਰਾਂ ਦਾ ਹੈਗਾ ਉਹ ਧੰਨੇ ਦੇ ਘਰੋਂ ਤੋਂ ਆਇਆ, ਠੀਕ ਹੈ। ਉਦੋਂ ਬਾਅਦ ਰਾਜਾ ਤੋਂ ਇਹ ਇਸ਼ਕ ਭੈੜਾ ਜੀ, ਵੀ ਕਹਿੰਦੇ ਉਹ ਅਜੇ ਆਪਣੇ ਕੀ ਕਹਿੰਦੇ ਬਾਲੀਆਂ ਦੇ ਚੰਗੇ ਹੈ, ਵਿੱਕੀ ਦੇ ਚੰਗੇ ਹੈ, ਫਿਰ ਆਹ ਉੱਧਰ ਨੂੰ ਭੱਜਦਾ ਵੀ ਉਹ ਤੋਂ ਵੀ ਲਿਆ ਕੇ ਕਰਾਂਗੇ, ਫਿਰ ਉਸ ਦੀ ਕਿਸੇ ਸਾਹ ਲੈਂਦਾ ਚੌਕੇ, ਠੀਕ ਹੈ, ਬਹੁਤ ਚੁੱਕੀ ਦਾ ਬੰਦਾ ਸੀ ਜੀ, ਉਹਨੇ ਬਾਲੀਆਂ ਦੀ ਵੀ ਗੋਡੀ ਜਸਵੀਰ ਦੀ ਗੋਡੀ ਲਗਾ ਦਿੱਤੀ, ਤਸਵੀਰ ਬਾਦਲ ਹੁਣ ਸੁਣ ਲਈ, ਠੀਕ ਹੈ, ਉਹਦੇ ਕੋਲ ਮੈਂ ਜਾਣ ਲੱਗ ਗਿਆ ਬਾਜੀਆਂ 'ਤੇ ਲੱਗਦਾ ਉਹਦਾ ਚਾਵੀਆਂ ਟੁੱਟੀਆਂ 5-7 ਬਾਜੀਆਂ ਸਾਫ ਚੱਲੀਆਂ, ਠੀਕ ਹੈ, ਉਹ ਮੈਨੂੰ ਨੀਟ ਨਹੀਂ ਦਿੰਦਾ ਜੀ, ਉਹਨੂੰ 14 ਤੰਗ ਕਰਦੇ ਸੀ ਮੈਂ ਨਕਸ ਨਹੀਂ ਹੁੰਦਾ ਸੀ, ਉਹ ਮਿਸਲ 14 ਡਰਦੇ ਸੀਗੇ ਠੀਕ ਫਾਇਰ ਮਾਰੂ ਕਿਸੇ ਦੇ ਭੈਣ, ਠੀਕ ਹੈ ਨਾ, ਉਹਨੇ ਫਿਰ ਉਹਦੇ ਨਾਲ ਪਿਆਰ ਪਾਉਣ ਲੱਗ ਗਏ ਮੈਨੂੰ ਕਹਿੰਦੇ ਯਾਰ ਤੂੰ ਕਬੂਤਰੇ ਜਵਾਨ ਉਦੋਂ ਜੰਗ ਮੁੱਛ ਪੁੱਟ ਗੱਭਰੂ ਹੋ ਗਏ ਨਾ, ਹਾਂ
ਤੇ ਉਹ ਫਿਰ ਉਹ ਕਹਿੰਦੇ ਵੀ ਇਹਨੂੰ ਬਾਬੇ ਨੂੰ ਮਤਲਬ ਬਾਬਾ ਤਾਂ ਚਲੋ ਹੁਣ ਤੁਸੀਂ ਅੱਜ ਬਣ ਗਏ, ਉਦੋਂ ਕਹਿੰਦੇ ਨੇ ਵੀ ਜਵਾਨ ਨੂੰ ਕਬੂਤਰ ਦੇ ਦੋ ਚਾਰ ਨਹੀਂ ਕਬੂਤਰ ਨਹੀਂ ਉਹਦੇ ਸਾਹ ਨੂੰ ਤੰਗ ਕਰਦੇ ਕਬੂਤਰ ਉਹਦੇ ਸਾਹ ਨੂੰ ਕਬੂਤਰ ਜਿਹੜੇ ਸੀ ਉਹ ਚੰਗੇ ਕਬੂਤਰ ਸੀ ਉਹਦੇ ਕਬੂਤਰ ਨੂੰ ਤੰਗ ਕਰਦੇ ਕਰਦੇ ਸੀਗੇ ਉਹ ਸਾਹ ਨਾਲ ਮੇਰੀ ਯਾਦ ਪਈ ਮੈਂ ਕਦੇ ਪਰਵਾਹ ਨਾ ਮੰਨਣਾ ਰਫੜ ਉਹਦੇ ਕੋਲ ਸੀਗੀ ਜੀ ਠੀਕ ਹੈ ਬਾਈਕ 'ਤੇ ਜਾਂਦੇ ਸੀ ਬਾਰੀਆਂ 'ਤੇ ਉਹਦੇ ਨਾਲ ਗਿਆ ਕੋਈ ਗੱਲ ਫਿਰ ਉਹ ਡਰਨ ਲੱਗ ਕੇ ਬਣ ਲਿਆ ਫਿਰ ਉਹਨੇ ਮੈਨੂੰ ਗੁਣ ਗਿਆ ਦੱਸਿਆ ਠੀਕ ਹੈ ਉਹਨੇ ਮੈਨੂੰ ਇਹੋ ਜਿਹੀਆਂ ਦਵਾਈਆਂ ਦੱਸੀਆਂ ਵੀ ਜਦੋਂ ਕਬੂਤਰ ਬਾਈ 'ਚੋਂ ਤਾਹਾਂ ਤੋਂ ਆਉਂਦਾ ਹੈਗਾ ਉਹਦੇ ਪੈਰ ਨਹੀਂ ਲੱਗਦੇ ਜੀ ਜਦੋਂ ਕਬੂਤਰ ਬੈਠਾ ਲੱਗਦਾ ਛਤਰੀ 'ਤੇ ਵੀ ਥੱਲੇ ਡਿੱਗ ਉਹ ਡਿੱਗ ਪੈਂਦਾ ਜੀ ਦੇਖ ਕੇ ਉਹਨੂੰ ਜੋ ਪਿੰਜਰੇ ਵਾਰਦੇ ਉਹ ਪੈਰ ਨਹੀਂ ਲੱਗਦੇ ਐਂ ਚੱਲਦਾ ਜਾਂਦਾ ਉਹਦੇ ਲੰਮੀ ਸਮੋਸਾ ਮੁੱਕਾ ਪਾ ਦਿੰਦੇ ਠੀਕ ਉਹਦਾ ਢਿੱਡ ਲਾ ਕੇ ਸਾਈਡ ਲਾ ਠੀਕ ਹੈ ਉਦੋਂ ਜੇ ਉਹਨੂੰ ਦਵਾਈ ਦੇ ਦਾਵਾਂ ਮਰ ਜਾਂਦਾ ਜੇ ਮੇਰੀ ਦਵਾਈ ਪੂਰਾ ਮਤਲਬ ਗੋਰਾ ਗੋਰਾ ਜੀ ਹੁਣ ਅੱਗੇ ਕਿਸੇ ਨੂੰ ਦੱਸਿਆ ਵੀ ਕਿ ਨਹੀਂ ਹਜੇ ਨਾ ਦੱਸਿਆ ਹੁਣ ਦੇ ਦੀ ਦਵਾਈ ਦੇ ਦੀ ਮੈਂ ਦਵਾਈ ਦੇਣੇ ਮੈਂ ਤੁਹਾਨੂੰ ਦੱਸ ਰਿਹਾ ਵਿੱਕੀ ਜੀ ਬਿਲਕੁਲ ਜੀ ਕੁਛ ਕੁ ਹੋਰ ਵੀ ਬਜ਼ੁਰਗਾਂ ਨਾਲ ਪੁਰਾਣੀਆਂ ਗੱਲਾਂ ਬਾਤਾਂ ਜਿਹੜੇ ਇਹਨਾਂ ਨੇ ਪੁਰਾਣੇ ਉਸਤਾਦ ਲੋਕਾਂ ਨਾਲ ਕਬੂਤਰ ਉਡਾਏ ਆ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ ਅਤੇ ਹੁਣ ਮੈਂ ਥੋੜ੍ਹੀ ਜਿਹੀ ਗੱਲਬਾਤ ਬਾਈ ਬਾਲੀ ਹੁਣਾਂ ਨਾਲ ਕਰਦਾ ਬਾਲੀ ਬਾਈ ਤੁਹਾਨੂੰ ਕਿੰਨੇ ਚਿਰ ਦਾ ਸ਼ੌਂਕ ਹੈ ਸਾਨੂੰ ਬਾਈ ਤਕਰੀਬਨ ਹੋ ਗਏ 15-20 ਸਾਲ 15-20 ਸਾਲ ਹੋ ਗਏ 15-20 ਸਾਲ ਬਚਪਨ ਤੋਂ ਹੀ ਬਚਪਨ ਤੋਂ ਹੀ ਆ ਮਤਲਬ ਉਦੋਂ ਚੋਰੀ ਚੋਰੀ ਸੀ ਪਹਿਲਾਂ ਕਿ ਚੋਰੀ ਨਹੀਂ ਸਾਡਾ ਇੱਕ ਮਾਮਾ ਰੱਖਦਾ ਸੀਗਾ ਜੀ ਨਾਥ ਠੀਕ ਹੈ ਉਹਦੇ ਕੋਲ ਕਬੂਤਰ ਰੱਖੇ ਹੁੰਦੇ ਸੀ ਸਾਡੀ ਦਾਦੀ ਦਾ ਭਰਾ ਸੀਗਾ ਸਾਡੇ ਤਾਏ ਦਾ ਮੁੰਡਾ ਹੈ ਜਿਹੜਾ ਇਹਨੂੰ ਸੁਣਦਾ ਨਹੀਂ ਸੀਗਾ ਠੀਕ ਹੈ ਉਹ ਇਹਨੂੰ ਕਹਿੰਦੇ ਬਚਪਨ ਦੇ ਵਿੱਚ ਜਦੋਂ ਇੱਥੇ ਆਏ ਸਾਡੇ ਰਿਸ਼ਤੇਦਾਰ ਉਹ ਕਹਿੰਦੇ ਵੀ ਇਹਨੂੰ ਕਬੂਤਰ ਲਿਆ ਦਿਓ ਲਾਕੇ ਅਤੇ ਵੀ ਕੀ ਆ ਇਹ ਬੋਲਣ ਲੱਗ ਜੇ ਠੀਕ ਹੈ ਮਤਲਬ ਆਓ ਆਓ ਕਹਿਣ ਲੱਗ ਜੇ ਵੀ ਗੁਸ਼ਕਰਾਂ ਮਾਰਨ ਲੱਗ ਜੇ ਉਹ ਅਸੀਂ ਅੰਦਰਲੇ ਘਰੇ ਹੁੰਦੇ ਸੀਗੇ ਜੀ ਉਹ ਦੋ ਕਬੂਤਰ ਲਿਆ ਕੇ ਲੱਕੇ ਠੀਕ ਹੈ ਉਹ ਜਿਹੜੇ ਦੋ ਕਬੂਤਰ ਲਿਆਉਂਦੇ ਲੱਕੇ ਉਹਨਾਂ ਦੋ ਤੋਂ ਚਾਰ ਹੋ ਗਏ ਚਾਰ ਤੋਂ ਫਿਰ ਡਰਾਂ ਹੀ ਬਣ ਗਈਆਂ ਮਤਲਬ ਕਿ ਆਸੇ ਪਾਸਿਆਂ ਤੋਂ ਆਉਣ ਲੱਗ ਗਏ ਉੱਡਣ ਵਾਲੇ ਆਉਣ ਲੱਗ ਗਏ ਇੱਕ ਸਾਡੇ ਪਿੰਡ ਦੇ ਵਿੱਚ ਬਚਪਨ ਤੋਂ ਸ਼ੌਂਕ ਸੀਗਾ ਇਹਨਾਂ ਦਾ ਨਾਂ ਸੀ ਸਾਡੇ ਇੱਥੇ ਹੋਰ ਕਾਫੀ ਗੁਰਦਾਸ ਵਰਗੇ ਸਾਡੇ ਪਿੰਡ ਦੇ ਏਰੀਏ 'ਚ ਉਹਨਾਂ ਨੂੰ ਸ਼ੌਂਕ ਸੀ ਉਹ ਕਬੂਤਰ ਜਦੋਂ ਉੱਡਣ ਵਾਲਾ ਕੋਈ ਬਾਜੀ ਤੋਂ ਆ ਗਿਆ ਜਾਂ ਬਾਹਰੋਂ ਆ ਗਿਆ ਉਹ ਲੈਣ ਆ ਜਾਂਦੇ ਜਿੱਦਾਂ ਕਬੂਤਰ ਹੈ ਉਹਨਾਂ ਨੂੰ ਦੇਖ ਦੇਖ ਫਿਰ ਬਾਜੀਆਂ ਵਾਲੇ ਪਾਸੇ ਚੱਲ ਪਈ ਠੀਕ ਹੈ ਮਤਲਬ ਕਿ ਇਹਦੀ ਸ਼ੌਂਕ ਜ਼ਿਆਦਾ ਵੱਧ ਗਿਆ ਉੱਥੋਂ ਜਾ ਸ਼ੌਂਕ ਵਧਿਆ ਸਾਨੂੰ ਮਤਲਬ ਕਿ ਵੀ ਜਿਹੜਾ ਤਾਈ ਦਾ ਮੁੰਡਾ ਸਾਡਾ ਇਹਨੂੰ ਮਤਲਬ ਲਿਆ ਕੇ ਤਾਂ ਸ਼ੌਂਕ ਨੂੰ ਦਿੱਤੇ ਸੀਗੇ ਵੀ ਚਲੋ ਇਹਦਾ ਠੀਕ ਹੋ ਜੇ ਵੀ ਠੀਕ ਹੋ ਜੇ ਉੱਥੋਂ ਸਾਨੂੰ ਸ਼ੌਂਕ ਵੱਧਦਾ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਬਸ 2003-04 ਤੋਂ ਹੀ ਬਾਜ਼ੀਆਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਮਤਲਬ ਕਿ ਵੀ ਜਿਵੇਂ ਜਿਵੇਂ ਕਬੂਤਰ ਆਈ ਗਏ ਪੁਰਾਣੀ ਗੱਲ ਆ ਜੀ ਛੋਟੇ ਜਿਹੇ ਹੁੰਦੇ ਸੀਗੇ ਮੁੰਡੇ ਜਿੱਤੇ ਹੁੰਦੇ ਹੋਵਾਂਗੇ ਠੀਕ ਇਹਨਾਂ ਦਾ ਕਬੂਤਰ ਇੱਕ ਬਾਜੀ ਜਿੱਤਿਆ ਸੀ ਬਹੁਤ ਮਸ਼ਹੂਰ ਹੋਇਆ ਸੀ ਲਾਲ ਬਗਲ ਵਾਲਾ ਕਬੂਤਰ ਪਾਈਦਾ ਸੀ ਠੀਕ ਉਹਨਾਂ ਦੇ ਘਰੋਂ ਕਿਤੇ ਕਬੂਤਰ ਨਿਕਲ ਗਿਆ ਜੀ ਇੱਥੇ ਆ ਡਿੱਗਿਆ ਪਾਸੇ ਅੱਛਾ ਅਸੀਂ ਇੱਥੋਂ ਲੰਘੇ ਜਾਂਦੇ ਗਰਾਊਂਡ 'ਚ ਜਾਂਦੇ ਹੁੰਦੇ ਸੀ ਸਾਡੀ ਨਿਗਾਹ ਪੈ ਗਈ ਸੀ ਕਬੂਤਰ ਚੱਕ ਲਿਆ ਜੀ ਅਸੀਂ ਇਹਨਾਂ ਤੋਂ 2 ਸਾਲ ਪੁੱਛੀ ਗਏ ਇਹ ਮੰਨੇ ਨਹੀਂ ਕਿ ਨਾ ਮੇਰਾ ਕਬੂਤਰ ਹੈ ਅੱਛਾ ਅਸੀਂ ਛਤਰੀ 'ਤੇ ਬੰਨੀ ਗਏ ਕਬੂਤਰ ਵੀ ਚਾਲ ਕੀ ਆ ਹੋਵੇ ਉਹ ਹੁਣ ਐਡੇ ਕਬੂਤਰ ਸਿਆਣੇ ਸੀ ਜੀ ਉਹ ਮਤਲਬ ਕਿ ਉਹਨੂੰ 5-5 ਪਤਾ ਨਹੀਂ 10 ਸਾਲਾਂ ਬਾਅਦ ਇਹਨਾਂ ਦੇ ਘਰੇ ਵੜ ਗਏ ਛਤਰੀ ਤੇ ਬੰਨ ਕੇ ਕਬੂਤਰ ਜਦੋਂ ਉਡਾਇਆ ਵੀ ਚੱਲ ਹੁਣ ਉਹਨਾਂ ਦਾ ਹੈ ਹੀ ਨਹੀਂ ਇਹ ਹੁਣ ਕਿਉਂ ਦੱਸਣ ਵੀ ਮੇਰਾ ਮੰਨੇ ਨਹੀਂ ਵੀ ਜੇ ਮੈਂ ਦੱਸਤਾ ਤਾਂ ਇਹਨਾਂ ਨੇ ਦੇਣਾ ਨਹੀਂ ਜਵਾਕਾਂ ਨੇ ਇੱਕ ਦੇਣਾ ਨਹੀਂ ਤੇ ਆਪਣੀ ਨਸਲ ਦੇ ਨਹੀਂ ਨਸਲਾਂ ਉਹ ਗਾਹ ਕਰ ਲੈਣਗੇ ਉਹ ਅਸੀਂ ਕਬੂਤਰ ਜਦੋਂ ਡੋਰ ਲਾ ਕੇ ਛੱਡਿਆ ਉਹ ਇੱਥੋਂ ਉੱਡਿਆ ਕਬੂਤਰ ਉੱਥੇ ਸਪੈਦੇ ਹੁੰਦੇ ਸੀਗੇ ਸਪੈਦਾਂ ਤੇ ਬੈਠਾ 2 ਦਿਨ 3 ਦਿਨ ਸਿੱਧਾ ਗਿਆ ਕਰੇ ਅਸੀਂ ਮੰਗ ਗਏ ਇਹ ਨਛੱਤਰ ਲਾ ਲਏ ਮਤਲਬ ਐਵੇਂ ਇਹਨਾਂ ਦਾ ਉਹ ਸੀਗਾ ਕਬੂਤਰ ਉਦੋਂ ਇਹਨਾਂ ਦਾ ਬਹੁਤ ਨਾਂ ਸੀਗਾ ਜੀ ਅਸੀਂ ਬਾਜ਼ੀਆਂ 'ਤੇ ਨਾ ਨਾਲ ਜਾਂਦੇ ਰਹੇ ਹਾਂ ਬਾਜ਼ੀਆਂ 'ਤੇ ਵੀ ਮਤਲਬ ਲੋਕ ਉਦੋਂ ਇਹਨਾਂ ਦਾ ਨਾਂ ਹੁੰਦਾ ਹਰੀ ਵੀ ਬਾਜ਼ੇ ਆਪਦਾ ਕੋਈ ਇਹਨਾਂ ਦਾ ਸੀਗੇ ਜਿਵੇਂ ਉਹਨਾਂ ਨੇ ਬੇਟੇ ਦੀ ਗੱਲ ਦੱਸੀ ਹੈ ਥੋੜ੍ਹਾ ਜਿਹਾ ਉਸ ਗੱਲਾਂ ਤੋਂ ਇਹ ਥੋੜ੍ਹਾ ਜਿਹਾ ਪਿੱਛੇ ਹਟ ਗਏ
ਇੱਕ ਲੜਾਈਆਂ ਪੜਾਈਆਂ ਦਾ ਬਿਲਕੁਲ ਥੋੜ੍ਹਾ ਜਿਹਾ ਹੋ ਜਾਂਦਾ। ਸੋ ਬਿਲਕੁਲ ਦੋਸਤੋ ਦੇਖ ਲਓ ਕਿੰਨੀਆਂ ਇੰਟਰਸਟਿੰਗ ਗੱਲਾਂ ਆਪਾਂ ਕਰ ਰਹੇ ਹਾਂ ਨਾ, ਪੁਰਾਣੀਆਂ ਗੱਲਾਂ ਬਾਤਾਂ ਵੱਖਰੀਆਂ ਵੱਖਰੀਆਂ, ਜਿਵੇਂ ਆਪਾਂ ਬਜ਼ੁਰਗਾਂ ਦੀਆਂ ਗੱਲਾਂ ਕਰਦੇ ਹਾਂ, ਹੁਣ ਜਿਹੜਾ ਇਹਨਾਂ ਦਾ 50 ਸਾਲ ਦਾ ਤਜਰਬਾ ਹੈ ਨਾ, ਵੱਖਰੇ ਵੱਖਰੇ ਤਜਰਬੇ ਹੁੰਦੇ। ਕਈ ਵਾਰ ਮੇਰੇ ਵਰਗੇ ਕਬੂਤਰ ਨਹੀਂ ਵੀ ਹੁੰਦਾ, ਭੱਜ ਕੇ ਹੀ ਜਾਵੜਦੇ ਯਾਰ ਮੇਰਾ ਮੇਰਾ ਹੈ ਨਾ। ਸੋ ਕਬੂਤਰਬਾਜ਼ 'ਚ ਮੈਂ ਇੱਕ ਚੀਜ਼ ਦੇਖੀ ਹੈ ਬਾਲੀ ਬਾਈ, ਜਿੱਡਾ ਵੀ ਤਕੜਾ ਕਬੂਤਰਬਾਜ਼ ਹੋਇਆ ਨਾ, ਸਾਡੇ ਉੱਥੇ ਕੈਨੇਡਾ ਦੇ ਵਿੱਚ ਬਾਈ ਪ੍ਰੀਤ ਸਿੱਧੂ ਹੋਣੀ ਆ, ਹੋਰ ਵੀ ਕਾਫੀ ਆ, ਰੌਨ ਰਣਜੀਤ ਸਾਡੇ, ਬੜਾ ਸ਼ੌਂਕ ਆ ਉਹਨਾਂ ਨੂੰ ਪੁਰਾਣਾ, 20-20 ਸਾਲ ਦੇ ਕਬੂਤਰ ਰੱਖੇ ਜੀ ਕੈਨੇਡਾ ਦਾ। ਕਈ ਵਾਰ ਗੱਲ ਆ, ਮੈਨੂੰ ਵੀ ਹੁਣ 15 ਸਾਲ ਮੈਨੂੰ ਵੀ ਹੋ ਗਏ ਜੀ ਉੱਥੇ ਕੈਨੇਡਾ ਦੇ ਵਿੱਚ। ਸੋ ਕਈ ਵਾਰ ਨਹੀਂ ਵੀ ਕਬੂਤਰ ਹੋਣਾ, ਜਿੰਨੇ ਮਰਜ਼ੀ ਚੰਗੇ ਆ, ਕੋਈ ਘਰ ਦੇ ਉੱਤੋਂ ਨਹੀਂ ਲੰਘੇ ਜਾਵੇ, ਹੁੰਦਾ ਖਿੱਚ ਲਓ ਯਾਰ ਇਹਨੂੰ। ਉਹ ਪਰ ਐਂ ਹੁੰਦਾ ਜੀ, ਉਦੋਂ ਨਵੇਂ ਹੁੰਦੇ ਸੀ, ਹੌਲੀ ਹੌਲੀ ਫਿਰ ਕਬੂਤਰਾਂ ਦਾ ਪਤਾ ਲੱਗਿਆ ਵੀ ਇਹ ਕਬੂਤਰ ਕਿੱਥੋਂ ਕਿਵੇਂ। ਫਿਰ ਮਤਲਬ ਸਾਡੀ ਇੱਥੇ ਰਿਸ਼ਤੇਦਾਰੀ ਆ ਜੀ ਪਿੰਡ ਦੇ ਵਿੱਚ, ਬਹਿਣੀਵਾਲ ਪਿੰਡ ਆ ਜੀ ਇੱਥੇ, ਠੀਕ ਹੈ, ਇੱਥੇ ਰਹਿਣ ਲੱਗਾ ਤਲਵੰਡੀ ਦੇ ਲਾਗੇ, ਠੀਕ ਹੈ। ਅਤੇ ਕਾਕਾ ਗਵੈਣੀਵਾਲ ਜੀ, ਉਹਨਾਂ ਦਾ ਜਿਹੜੇ ਬਜ਼ੁਰਗ ਸੀਗੇ ਉਹ ਮੋਹਨ ਸਿੰਘ ਸਿੰਘ ਕੋਲ ਜਾਂਦੇ, ਠੀਕ ਹੈ, ਮਤਲਬ ਜਾਲੀ ਜਾੜ ਉੱਥੋਂ ਲੱਗੀ, ਉੱਥੋਂ ਕਬੂਤਰ ਫਿਰ ਅਸੀਂ ਭੈਣ, ਠੀਕ ਹੈ, ਉਹਨਾਂ ਤੋਂ ਕਬੂਤਰ ਆਏ ਸਾਡੇ, ਉਹਨਾਂ ਤੋਂ ਹੁੰਦੇ ਆ, ਉਹਨਾਂ ਨੂੰ ਵੀ ਦੇ ਕੁਛ ਲੋਕ ਤੇ ਇਹਨਾਂ ਨੇ ਦੱਸੇ ਸਨ, ਠੀਕ। ਬਾਕੀ ਉਸ ਟਾਈਮ ਮੈਂ ਉੱਧਰ ਠਾੜ ਫਰੀਦਕੋਟ ਦੇ ਵਿੱਚ ਲਾਇਆ 2-3 ਸਾਲ, ਠੀਕ ਹੈ, ਉੱਧਰ ਮਤਲਬ ਉਹਨਾਂ ਨੇ ਮਾੜਾ ਮੋਟਾ ਜਿੰਨਾ ਵੀ ਕੋਈ ਗੁਰਗਿਆਨ ਸਿੱਖਿਆ, ਠੀਕ ਹੈ, ਜੇ ਕੋਈ ਘਾਟ ਬਾਅਦ ਰਹੀ ਤੁਸੀਂ ਦੱਸ ਪੂਰਾ ਨਹੀਂ, ਹਾਂ ਦੱਸਿਆ ਜੀ ਜਿੰਨਾ ਕਿ ਇਹਨਾਂ ਨੇ ਆਪਾਂ ਪੁੱਛਿਆ ਉਹਨਾਂ, ਆਪਾਂ ਉਹਨਾਂ ਨੇ ਸਹੀ ਦੱਸ ਦਿੱਤਾ ਵਿਆਹ ਇਹਨਾਂ ਨੇ ਆਪਣਾ ਬਹੁਤ ਮਤਲਬ ਉੱਤਰ ਕਬੂਤਰਾਂ ਦਾ, ਕੋਈ ਸਾਡਾ ਹੈ ਨਹੀਂ ਗਾ ਹੁਣ, ਜੇ ਇਹਨਾਂ ਨੂੰ ਸ਼ੌਂਕ ਹੁੰਦਾ ਸਾਡੇ ਕੋਲ ਕਬੂਤਰ ਵੱਧਦੇ ਆ, ਸਾਡੇ ਕੋਲ ਚੰਗੀ ਨਸਲ ਦਾ ਕਬੂਤਰ ਵੀ ਵੱਧਦਾ, ਅਸੀਂ ਇਹਦੇ ਕੋਲ ਛੱਡਿਆ ਵੀ ਇਹਨੇ ਗਾਂਹ ਦੇਣਾ ਨਹੀਂ, ਇਹਦੇ ਕੋਲ ਬੈਠਾ ਜਦੋਂ ਮਰਜ਼ੀ ਜਦੋਂ ਮਰਜ਼ੀ ਚੱਕ ਲਿਆ, ਜਦੋਂ ਮਰਜ਼ੀ ਚੱਕ ਲਿਆ ਸਰ। ਉੱਥੋਂ ਕਬੂਤਰਾਂ ਦਾ ਸਾਨੂੰ ਜ਼ਿਆਦਾ ਸ਼ੌਂਕ, ਮਤਲਬ ਬਹਿਣੀਵਾਲ ਤੋਂ ਜਿਹੜੇ ਕਬੂਤਰ ਆਏ ਉਹਨਾਂ ਨੇ ਮਤਲਬ ਸਾਡਾ ਜ਼ਿਆਦਾ ਮਤਲਬ, ਜਦੋਂ ਕਿਉਂਕਿ ਕਬੂਤਰ ਵੀ ਤੁਹਾਡੇ ਕੋਲ ਖੁੱਡੇ ਚੰਗਾ ਕਬੂਤਰ ਹੋਊ ਨਾ, ਚੰਗਾ ਉੱਡਦਾ ਫਿਰ ਹੀ ਸ਼ੌਂਕ ਪੈਂਦਾ ਤੁਹਾਨੂੰ ਬਾਜ਼ੀ ਦਾ ਆਉਂਦਾ, ਅਦਰਵਾਈਜ਼ ਗੱਲ। ਪਹਿਲੀ ਬਾਜ਼ੀ ਅਸੀਂ ਸੀਗੀ ਸਾਡੀ ਜੀ 2004 ਦੇ ਵਿੱਚ ਇੱਥੇ ਦੁੱਲੇ ਵਾਲਾ ਪਿੰਡ, ਠੀਕ ਹੈ, ਇੱਥੇ ਪਹਿਲੀ ਬਾਜ਼ੀ ਅਸੀਂ ਘਰੋਂ ਛੱਡੀ ਸੀਗੀ। ਪਹਿਲਾਂ ਅਸੀਂ ਇੱਥੇ ਮੁੰਡੇ ਸਾਡੇ ਮਜਬੀ ਸਿੱਖਾਂ ਦੇ ਮੁੰਡੇ ਘੋਪੇ ਗਏ ਜੀ, ਇਹਨਾਂ ਨਾਲ ਮਤਲਬ ਸ਼ੌਂਕ ਪੂਰਾ ਕਰਦੇ, ਘਰੋਂ ਡਰਦੇ ਜਾਂਦੇ ਆ, ਠੀਕ ਹੈ, ਚੋਰੀ ਛੁੱਪੇ ਅੱਛਾ, ਜੋ ਉਹਨਾਂ ਦੇ ਬਾਜ਼ੀ ਛੱਡੀ ਉਹਨਾਂ ਨਾਲ ਚਲੇ ਜਾਣਾ, ਉਹਨਾਂ ਨਾਲ ਚਲੇ ਜਾਣਾ, ਜਾਂ ਉਹਨਾਂ ਕੋਲ ਕਬੂਤਰ ਡਾਈ ਜਾਣੇ ਉੱਥੇ ਬੈਠੇ ਜੀ, ਉਹ ਆ ਗਿਆ ਕੋਈ ਐਂ, ਮਤਲਬ ਉੱਥੇ ਤੁਰੇ ਫਿਰੇ ਟਾਈਮ ਪਾਸ ਕਿਤੇ ਮੁੜ ਕੇ ਅਸੀਂ ਘਰੇ ਜਦੋਂ ਕਬੂਤਰ ਰੱਖੇ ਸੀਗੇ ਤਾਂ ਘਰੇ ਪਰ ਧਾਂ ਛੱਡਣ ਨਹੀਂ ਦਿੰਦੇ ਸੀਗੇ, ਛੱਡਣੀਆਂ ਸ਼ੁਰੂ ਕੀਤੀਆਂ, ਸਟਾਰਟਿੰਗ ਚ ਜਿੱਤਣੀਆਂ ਸ਼ੁਰੂ ਕਰਤੀਆਂ, ਮਤਲਬ ਵੀ ਹਾਂ ਪਹਿਲੀ ਬਾਜ਼ੀ, ਉਦੋਂ ਬਾਅਦ ਫਿਰ ਅਸੀਂ ਹੋਰ ਕਾਫੀ ਬਾਜ਼ੀਆਂ ਛੱਡੀਆਂ ਤੇ ਮਤਲਬ ਠੀਕ ਰਿਹਾ ਗੱਲਾਂ। ਆਪਾਂ ਹੋਰ ਵੀ ਦੋਸਤੋ ਤੁਹਾਡੇ ਨਾਲ ਬਾਜ਼ੀਆਂ ਜਿਹੜੀਆਂ ਪਿੰਡਾਂ ਵਾਲੀਆਂ ਬਾਜ਼ੀਆਂ ਚੱਲਦੀਆਂ ਸੀ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਪਹਿਲਾਂ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਾਂਗੇ, ਪਹਿਲਾਂ ਬਾਜ਼ੀਆਂ ਕਿੱਦਾਂ ਹੁੰਦੀਆਂ ਸੀ, ਹੁਣ ਜਿਹੜੇ ਕਲੱਬ ਬਣ ਗਏ ਉਹਨਾਂ ਦੀ ਵੀ ਗੱਲਬਾਤ ਕਰਾਂਗੇ। ਅਤੇ ਹੁਣ ਮੈਂ ਥੋੜ੍ਹੀ ਜਿਹੀ ਗੱਲਬਾਤ ਮੈਂ ਕੈਮਰਾਮੈਨ ਨੂੰ ਕਹੂੰਗਾ, ਥੋੜ੍ਹਾ ਜਿਹਾ ਕੈਮਰਾ ਇੱਧਰ ਪ੍ਰੋਫੈਸਰ ਸਾਹਿਬ ਵੱਲ ਨੂੰ ਘੁਮਾਓ ਕਿ ਇਹਨਾਂ ਤੋਂ ਵੀ ਪੁੱਛੀਏ ਕਿ ਪ੍ਰੋਫੈਸਰੀ ਮੋਸਟਲੀ ਕਬੂਤਰ ਰੱਖ ਕੇ ਅਤੇ ਪ੍ਰੋਫੈਸਰੀ ਕਰਨੀ ਬੜੀ ਔਖੀ ਆ, ਕਿਉਂਕਿ ਪਿੰਡਾਂ ਦੇ ਵਿੱਚ ਇੱਕ ਨਾ ਕਹਾਵਤ ਜਿਹੀ ਬਣ ਗਈ ਸੀਗੀ ਕਿ ਯਾਰ ਜੇ ਤੂੰ ਕਬੂਤਰ ਰੱਖ ਲਏ ਬਚਪਨ ਦੇ ਵਿੱਚ ਤੈਨੂੰ ਸ਼ੌਂਕ ਪੈ ਗਿਆ ਤਾਂ ਤੂੰ ਪੜ੍ਹਨਾ ਨੀਗਾ। ਸੋ ਹੁਣ ਤੁਹਾਡੇ ਕੋਲ ਜੀ ਐਡਾ ਵੱਡਾ ਕੋਈ ਸਬੂਤ ਇਹਦੂ ਜ਼ਿਆਦਾ ਨਹੀਂ, ਕੋਈ ਮੈਂ ਕਹਿ ਸਕਦਾ ਹੋ ਸਕਦਾ ਕਿ ਜਿਸ ਤਰ੍ਹਾਂ ਬਾਈ ਬਾਲੀ ਹੋਣੀ ਆ ਵਧੀਆ ਜੋਬ ਕਰਦੇ ਆ, ਇੱਦਾਂ ਹੀ ਮੇਰੇ ਵੀਰ ਜਿੱਥੇ ਇੱਕ ਪ੍ਰੋਫੈਸਰ ਆ ਕਾਲਜ ਦੇ ਵਿੱਚ ਪੜ੍ਹ ਲੈ ਕੇ ਲੱਗਿਆ। ਸੋ ਜਿਹੜਾ ਸ਼ੌਂਕ ਆ ਨਾ, ਇਹ ਸ਼ੌਂਕ ਇੱਕ ਤੁਸੀਂ ਇਹ ਸ਼ੌਂਕ ਨੂੰ ਕਿਸੇ ਨੂੰ ਇੰਨਾ ਓਵਰ ਨਾ ਕਰ ਦਿਓ ਕਿ ਤੁਹਾਨੂੰ ਲੋਕ ਬਾਅਦ ਦੇ ਵਿੱਚ ਸਾਰਿਆਂ ਦਾ ਨਾਮ ਆ ਜਾਏ ਯਾਰ ਇਹ ਕਬੂਤਰ ਵਾਲੇ ਤਾਂ ਪੜ੍ਹਦੇ ਨਹੀਂ, ਇਹਨਾਂ ਦੇ ਤਾਂ ਯਾਰ ਵਿਆਹ ਨਹੀਂ ਹੋਣੇਗੇ। ਸੋ ਤੁਹਾਡੇ ਕੋਲ ਕਿੰਨੇ ਦੇ ਜਿਉਂਦਾ ਜਾਗਦਾ ਸਾਡੇ ਸਾਹਮਣੇ ਪ੍ਰੋਫੈਸਰ ਸਾਹਿਬ ਬੈਠੇ ਆ, ਸੋ ਤੁਹਾਨੂੰ ਵੀਰੇ ਕਦੋਂ ਸ਼ੌਂਕ ਇਹ ਪਿਆ? ਕਾਫੀ ਟਾਈਮ ਹੋ ਗਿਆ ਮੈਨੂੰ, 15-16 ਸਾਲ ਹੋ ਗਏ ਜਦੋਂ ਗ੍ਰੈਜੂਏਸ਼ਨ ਸੀਗਾ, ਠੀਕ ਹੈ, ਉਹਦੇ ਮੈਂ ਸਟਾਰਟ ਕਰਨਾ ਸੀਗਾ, ਬਟ ਮੇਰੇ ਕੋਲ ਘਰ ਨੇ ਕਬੂਤਰ ਰੱਖੇ ਹੋਏ,
ਜਿੱਦਾਂ ਬਾਬਾ ਜੀ ਹੈਗੇ ਉਹਨਾਂ ਨਾਲ ਜਾਂਦੇ ਰਹੇ, ਮੇਰਾ ਕਜ਼ਨ ਬਰਾਦਰ, ਉਸ ਤੋਂ ਬਾਅਦ ਉੱਧਰ ਰੱਖ ਲਏ ਸੀ ਜਗਵੀਰ ਸਿੰਘ, ਅਤੇ ਇੱਦਾਂ ਸਾਰੇ ਮੇਰੇ ਸਾਰਿਆਂ ਨਾਲ ਅਟੈਚਮੈਂਟ ਹੈਗੀ ਅਤੇ ਸਾਰਿਆਂ ਨਾਲ ਬਹੁਤ ਵਧੀਆ ਗੱਲ ਹੈ। ਸੋ ਜਿੱਦਾਂ ਨਾ ਮੈਂ ਗੱਲ ਕਹੀ ਆ ਕਿ ਆਪਾਂ ਘਰੇ ਕੋਈ ਪੜ੍ਹਨ ਤੋਂ ਕਹਿੰਦੇ ਯਾਰ ਤੂੰ ਹੁਣ ਪੜ੍ਹਨਾ ਨਹੀਂ ਗਾ ਜਾਂ ਇੱਦਾਂ ਨਹੀਂ ਕਰਨਾ, ਤੇਰਾ ਯਾਰ ਵਿਆਹ ਨਹੀਂ ਹੋਣਾ, ਤੂੰ ਕਬੂਤਰ ਰੱਖ ਲਏ, ਹੈ ਨਾ, ਤਾਂ ਮਿਲਦਾ ਤੁਸੀਂ ਪੜ੍ਹ ਵੀ ਉਦੋਂ ਬਾਅਦ ਜਿੱਦਾਂ ਤੁਸੀਂ ਕਹਿੰਦੇ ਗ੍ਰੈਜੂਏਸ਼ਨ ਕਰ ਰਹੇ ਸੀ? ਹਾਂ, ਮੈਂ 2005 ਦੇ ਵਿੱਚ ਮੈਸੇ ਮੈਥ ਕੀਤੀ ਆ, ਜੀ ਦੇ ਵਿੱਚ ਟੌਪ ਕੀਤਾ ਸੀਗਾ ਮੈਂ, ਅਤੇ ਉਦੋਂ ਕਬੂਤਰਾਂ ਸ਼ੌਕ ਸੀ। ਹਾਂਜੀ ਹਾਂਜੀ, ਤਾਂ ਕਰਕੇ ਮੈਨੂੰ ਥੋੜ੍ਹਾ ਜਿਹਾ ਸਪੋਰਟ ਹੋ ਜਾਂਦਾ ਚੱਲ ਕੋਈ ਗੱਲ ਖੇਡ ਲੈਣ ਦੇ, ਕਿਉਂਕਿ ਮੇਰੀ ਸਟੱਡੀ ਠੀਕ ਸੀ। ਉਦੋਂ ਮਤਲਬ ਘਰਦੇ ਕਹਿੰਦੇ ਸੀਗੇ ਵੀ ਚੰਗਾ ਕੰਮ ਨਹੀਂ, ਪੜ੍ਹੇ ਲਿਖਿਆ ਦਾ ਕੰਮ ਨਹੀਂ ਹੁੰਦਾ ਜੀ, ਬਟ ਜਦੋਂ ਮੈਂ ਰਿਜ਼ਲਟ ਦਿੰਦਾ ਸੀਗਾ ਸਟੱਡੀ ਦੇ ਵਿੱਚ ਫਿਰ ਕੋਈ ਪ੍ਰੋਬਲਮ ਨਹੀਂ ਆਈ। ਠੀਕ ਹੈ, ਮਤਲਬ ਵਧੀਆ ਰਿਹਾ। ਮਤਲਬ ਇਹ ਪਤਾ ਕਿ ਸਾਡੇ ਜਿਵੇਂ ਹੁਣ ਮੈਂ ਵੀ ਹਾਂ ਜਾਂ ਬਾਈ ਜੀ ਹੋਣੀ ਆ, ਸੋ ਇਹ ਜਿਵੇਂ ਨਾ ਅਸੀਂ ਕਿਸੇ ਨੂੰ ਹੁਣ ਜੇ ਦੇਖੋ ਕਈ ਜਵਾਕ ਆ, ਮੇਰੇ ਚਾਚਾ ਜੀ ਦਾ ਬੇਟਾ ਉਹ ਛੋਟਾ ਜਿਹਾ ਹੈਗਾ ਅਤੇ ਉਹ ਨਾ ਮੈਂ ਕਬੂਤਰ ਰੱਖਣੀ, ਮੇਰੇ ਚਾਚਾ ਜੀ ਕਹਿੰਦੇ ਨਹੀਂ, ਫਿਰ ਮੈਂ ਉਹਨੂੰ ਸਪੋਰਟ ਕਰਕੇ ਆਇਆ ਕਿ ਮੈਂ ਕਿਹਾ ਯਾਰ ਸਾਡੇ ਵੀ ਕੋਈ ਖਾਨਦਾਨ 'ਚ ਕਬੂਤਰ ਨਹੀਂ ਰਹਿ ਜਾਂ ਮੇਰੇ ਕਬੂਤਰ ਰੱਖੇ ਆ, ਪਰਮਾਤਮਾ ਵੱਲੋਂ ਪੜ੍ਹੇ ਵੀ ਆ, ਸੋ ਸਾਰਾ ਕੁਛ ਠੀਕ ਹੈ, ਆਪਣਾ ਬਿਜ਼ਨਸ ਵੀ ਕੈਨੇਡਾ ਦੇ ਵਿੱਚ ਅਸੀਂ ਸੈੱਟ ਕੀਤਾ ਹੋਇਆ, ਹੈ ਨਾ। ਸੋ ਅਸੀਂ ਲੋਕ ਜਿਵੇਂ ਤੁਸੀਂ ਪ੍ਰੋਫੈਸਰ ਲੱਗੇ ਹੋ ਅਤੇ ਇਹ ਜਿਹੜੇ ਬੱਚਿਆਂ ਨੇ ਕੋਈ ਕਬੂਤਰ ਰੱਖਿਆ ਉਹਨਾਂ ਨੂੰ ਇੱਕ ਬਣਦਾ ਕਿ ਯੈਸ ਕਿ ਇਹ ਮੁੰਡਾ ਇਹ ਦੇਖੋ ਜੀ ਪ੍ਰੋਫੈਸਰ ਲੱਗਿਆ, ਪੜ੍ਹਿਆ ਲਿਖਿਆ, ਹੈ ਨਾ, ਨਾਲ ਕਬੂਤਰਾਂ ਦਾ ਸ਼ੌਂਕ ਹੈ ਕਿ ਇਹ ਧਾਰਨਾ ਸਾਡੇ ਕੋਲ ਬਣ ਗਈਆਂ, ਕਿਉਂਕਿ ਅਸੀਂ ਜਿਹੜੀਆਂ ਪਹਿਲਾਂ ਪੁਰਾਣੀਆਂ ਧਾਰਨਾ ਚੱਲਦੀਆਂ ਉਹਨਾਂ ਨੂੰ ਚੇਂਜ ਕੀਤਾ। ਸੋ ਮੈਨੂੰ ਲੱਗਦਾ ਦੋਸਤੋ ਸਾਡੇ ਲਈ ਬਹੁਤ ਵਧੀਆ, ਜਿਹੜੇ ਕੁਛ ਕੁ ਕਬੂਤਰਬਾਜ ਜਿਨ੍ਹਾਂ ਨੂੰ ਸ਼ੌਂਕ ਆ, ਜ਼ਰੂਰ ਮੈਂ ਇਹ ਨਹੀਂ ਕਹੂੰਗਾ ਕਿ ਤੁਸੀਂ ਕਬੂਤਰ ਰੱਖੋ ਹੀ, ਪਰ ਜੇ ਕਬੂਤਰ ਰੱਖਦੇ ਆ ਜਿਹੜੇ ਘਰ ਦੇ ਮਾਂ ਪਿਓ ਦੇ ਨਾਲ ਆਪਾਂ ਹੱਥ ਵਟਾਉਣਾ ਹੁੰਦਾ, ਕੰਮ ਕਾਰ ਕਰਨਾ ਜਾਂ ਪੜ੍ਹਾਈ ਕਰਨੀ ਆ, ਉਹ ਵੀ ਨਾਲ ਦੀ ਨਾਲ ਆਪਣੀ ਜਾਰੀ ਰੱਖਣੀ ਆ, ਕਿਉਂਕਿ ਸਾਡਾ ਜਿਹੜਾ ਕਬੂਤਰਾਂ ਦੇ ਵਿੱਚ ਨਾਮ ਆ ਨਾ, ਚੰਗੇ ਲਫਜ਼ਾਂ ਦੇ ਵਿੱਚ ਲੋਕ ਸਾਨੂੰ ਮਤਲਬ ਕਹਿਣੇ ਯਾਰ ਇਹ ਵਧੀਆ ਕਬੂਤਰਬਾਜ ਆ, ਕਿਉਂਕਿ ਜਿੱਦਾਂ ਮੈਂ ਪਿਛਲੇ ਦਿਨਾਂ 'ਚ ਗੱਲਬਾਤ ਕਰ ਰਿਹਾ ਕਿ ਅਸੀਂ ਟੋਰਾਂਟੋ ਦੇ ਵਿੱਚ ਵੀ ਕਬੂਤਰ ਰੱਖੇ ਆ, ਬਾਈ ਪ੍ਰੀਤ ਹੋਣੀ ਆ, ਹੋਰ ਵੀ ਕਾਫੀ ਦੋਸਤ ਮਿੱਤਰ ਆ, ਅਸੀਂ ਉੱਥੇ ਵੀ ਕਲੱਬ ਬਣਾ ਕੇ ਕਬੂਤਰ ਰੱਖ ਰਹੇ ਹਾਂ ਕਿ ਲੋਕ ਅਸੀਂ ਇੱਦਾਂ ਦੀ ਬਾਲੀਬਾਈ ਬਾਜੀ ਕਰਾਉਣੀ ਆ, ਸਾਡੇ ਮਨ ਦੇ ਵਿੱਚ ਹੈ ਕਿ ਲੋਕ ਕਹਿਣ ਯਾਰ ਜਿਵੇਂ ਨਾ ਮਤਲਬ ਇਹ ਚੀਜ਼ਾਂ ਨੂੰ ਅਸੀਂ ਬਾਹਰ ਕੱਢੀਏ, ਜਿਵੇਂ ਹੁਣ ਸਾਡੇ ਆਪਣੇ ਛੋਟੇ ਜਵਾਕ ਵੀ ਬੈਠੇ ਆ, ਲੈਣ ਯਾਰ ਇਹ ਨਾ ਕਹਿਣ ਕਿ ਕਬੂਤਰਬਾਜਾਂ ਦੇ ਤਾਂ ਵਿਆਹ ਨਹੀਂ ਹੁੰਦੇ, ਤਾਂ ਸਾਨੂੰ ਦੁੱਖ ਲੱਗਦਾ ਜਦੋਂ ਸਾਨੂੰ ਕੋਈ ਕਹਿੰਦੇ, ਹੈ ਨਾ। ਸੋ ਬਹੁਤ ਵਧੀਆ ਸਾਡੇ ਕੋਲ ਬਾਈ ਉਦਾਹਰਨ ਹੈਗੀ ਆ। ਕੋਈ ਵੀਰ ਕੋਈ ਗੱਲਬਾਤ ਕੋਈ ਤੁਹਾਨੂੰ ਜਿੱਦਾਂ ਕੋਈ ਜਿੱਦਾਂ ਕਾਲਜ ਦੇ ਵਿੱਚ ਤੁਸੀਂ ਪ੍ਰੋਫੈਸਰ ਹੋ, ਉੱਥੇ ਕੋਈ ਮੁਸ਼ਕਲ ਆਉਂਦੀ ਹੈ ਕੋਈ, ਜਾਂ ਤੁਹਾਡੇ ਪ੍ਰਿੰਸੀਪਲ ਜਾਂ ਕੋਈ ਸਟੂਡੈਂਟ ਯਾਰ ਤੁਹਾਨੂੰ ਸ਼ੀਟ ਕੇ ਤਾਂ ਨਹੀਂ ਲੰਘ ਜਾਂਦੇ ਯਾਰ? ਜਿਹੜੇ ਇੱਦਾਂ ਆਪਣੇ ਨਾ ਮਤਲਬ ਟੋਟਲੀ ਬੱਚਾ ਨਾਲ ਤਾਂ ਨਹੀਂ ਹੁੰਦੇ, ਥੋੜ੍ਹੇ ਬੱਚੇ ਨਾਲ ਅਟੈਚਮੈਂਟ ਹੁੰਦੀ, ਉਹਨਾਂ ਨੂੰ ਪਤਾ ਵੀ ਹੁੰਦਾ ਵੀ ਸਾਨੂੰ ਇਹ ਸ਼ੌਂਕ ਹੈਗਾ, ਅਤੇ ਕਈ ਵਾਰ ਉਹ ਮਤਲਬ ਜਾਣ ਬੁੱਝ ਕੇ ਬਾਜ਼ਾਰ ਕੇ ਚੁੰਡੀ ਨਹੀਂ ਵੱਜਦੇ ਹੁੰਦੇ। ਹਾਂਜੀ ਹਾਂਜੀ, ਕੱਲ੍ਹ ਕਿੱਥੇ ਜਾ ਰਹੇ ਹੋ? ਪਿੰਡ ਦੀ ਹੋਰ ਵੀ ਖਾਸੀਅਤ ਹੈ ਜੀ, ਇਹ ਪ੍ਰੋਫੈਸਰ ਮੇਰੇ ਪੂਰੇ ਪੰਜਾਬੀ ਦੇ ਜਾਂ ਫਿਜ਼ਿਕਸ ਦੇ ਨੇ, ਇਹ ਮੈਥ ਦੇ ਪ੍ਰੋਫੈਸਰ, ਮੈਥ ਦੇ ਮੈਥ ਦੇ ਇੱਕ ਗੱਲ। ਦੂਜੀ ਗੱਲ, ਇਹਨਾਂ ਨੇ ਸਾਡੇ ਮੰਡੀਗੜ੍ਹ ਦਾ ਨਾਮ ਚੱਲਾਇਆ, ਬਹੁਤ ਚੱਲਿਆ, ਵੈਰੀ ਗੁੱਡ, ਪਿੰਡ ਦਾ ਨਾਮ ਚੱਲਾਇਆ, ਬਹੁਤ ਵੱਡੀ ਗੱਲ ਹੈ। ਕਬੂਤਰਬਾਜ਼ੀ ਦਾ ਕੰਸੈਪਟ ਟੋਟਲੀ ਚੇਂਜ ਹੋ ਗਿਆ, ਪਹਿਲਾਂ ਮਤਲਬ ਬਾਜ਼ੀਆਂ 'ਤੇ ਸਮਝਿਆ ਜਾਂਦਾ ਸੀ ਵੀ ਅਨਪੜ੍ਹ ਲੋਕ ਜਾਂਦੇ ਆ, ਸਧਾਰਨ ਬੰਦੇ ਨੇ, ਬਟ ਹੁਣ ਜਦੋਂ ਵੀ ਬਾਜ਼ੀ 'ਤੇ ਜਾਂਦੇ ਮਨ ਖੁਸ਼ ਹੋ ਜਾਂਦਾ, ਸਾਰੇ ਮਤਲਬ ਪੂਰੇ ਪਰਸਨ ਹੁੰਦੇ ਸਾਰੇ ਉਹ ਗੱਲ ਕਰਦੇ, ਬਹੁਤ ਵਧੀਆ ਕਹਿੰਦੇ ਠੀਕ ਹੈ। ਸੋ ਬਿਲਕੁਲ ਦੋਸਤੋ, ਸੋ ਮੈਂ ਕਲੱਬ ਵਾਲੇ ਜਿੰਨੇ ਵੀ ਵੀਰ ਆ, ਜ਼ਰੂਰ ਪ੍ਰੋਫੈਸਰ ਸਾਹਿਬ ਦੀ ਗੱਲ ਮੰਨ ਕੇ ਇੱਕ ਅੱਧਾ ਜਿਹੜਾ ਐਤਵਾਰ ਵਾਲਾ ਦਿਨ ਵੀ ਕਿਤੇ ਰੱਖ ਲਿਆ ਕਰੋ, ਸਾਨੂੰ ਛੁੱਟੀ ਨਾ ਲੈਣੀ ਪਵੇ। ਸੋ ਹੁਣ ਆਪਾਂ ਗੱਲਬਾਤ ਬਾਲੀਬਾਈ ਥੋੜ੍ਹੀ ਜਿਹੀ ਕਰੀਏ, ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਕਰੀਏ ਬਜ਼ੁਰਗਾਂ ਨਾਲ, ਪੁਰਾਣੀਆਂ ਬਾਜ਼ੀਆਂ। ਸੋ ਜਦੋਂ ਤੁਸੀਂ ਬਾਜ਼ੀਆਂ ਛੱਡਦੇ ਸੀ, ਕਿਹੜੇ ਕਿਹੜੇ ਪਲੇਅਰ ਨਾਲ ਤੁਸੀਂ ਬਾਜ਼ੀਆਂ ਛੱਡਦੇ ਰਹੇ ਹੋ? ਪੁਰਾਣੇ ਪਲੇਅਰ
ਸਾਰੇ ਹੈ ਪੀਰ ਕੇ ਮਹਿਰ ਹੈ ਜੀ, ਅੱਛਾ ਵਿੱਕੀ ਮਹਿਰ ਹੈ ਜੀ, ਬਾਬੂ ਬੀਲਾ ਮਹਿਰ ਹੈ ਜੀ, ਅੱਜ ਜਿਹਦੇ ਕੋਲ ਹੁਸੀ ਆਏ ਸੀਗੇ ਲਹਿਜਾ ਕਬੇਗੀ ਵਾਲਾ ਪਰ ਜਦੋਂ ਮੈਂ ਰਿਕਾਰਡ ਤੋੜਿਆ ਉਦੋਂ ਤਾਂ ਪੰਜਾਹ ਪੰਜਾਹ ਕਬੂਤਰ ਪੱਚੀ ਪੱਚੀ ਬਿਲਕੁਲ ਜੀ, ਪੁਰਾਣੀਆਂ ਬਾਜ਼ੀਆਂ ਅਤੇ ਹੁਣ ਦੀਆਂ ਬਾਜ਼ੀਆਂ ਦਾ ਆਪਾਂ ਥੋੜ੍ਹਾ ਜਿਹਾ ਆਪਸ ਵਿੱਚ ਫਰਕ ਵੀ ਦੇਖਾਂਗੇ। ਉਦੋਂ ਕਿਸ ਤਰ੍ਹਾਂ ਦੀਆਂ ਬਾਜ਼ੀਆਂ ਹੁੰਦੀਆਂ ਸੀ, ਕਿੰਨੇ ਕੁ ਡਾਲਰ ਹੁੰਦੇ ਸੀ, ਕਿੰਨੇ ਕੁ ਸੋਰੀ ਰੁਪਈਏ ਹੁੰਦੇ ਸੀ, ਡਾਲਰਾਂ ਦੀ ਆਦਤ ਪੈ ਗਈ ਜੀ ਕਹਿਣ ਦੇ ਮੂੰਹ 'ਚੋਂ, ਕਿਉਂਕਿ ਜੇ ਜੈਸਾ ਦੇਸ਼ ਅਤੇ ਵੈਸਾ ਭੇਸ ਤਾ ਨਾ, ਸੋ ਉੱਦਾਂ ਦੀ ਜ਼ਬਾਨ 'ਤੇ ਚੜ੍ਹ ਜਾਂਦੀ ਆ। ਸੋ ਬਾਲੀ ਭਾਈ, ਹੁਣ ਜਿਹੜਾ ਇਹ ਨਵੇਂ ਕਲੱਬ ਸ਼ੁਰੂ ਹੋਏ ਆ, ਹੈ ਨਾ, ਸੋ ਕਿਹੜਾ ਕਲੱਬ ਤੁਸੀਂ ਸ਼ੁਰੂ ਕੀਤਾ ਜੀ? ਨਵੇਂ ਕਲੱਬ ਮਤਲਬ ਕਿ ਵੀ ਜ਼ਿਆਦਾਤਰ ਹੁਣ ਟੋਪ 'ਤੇ ਜਿਹੜੇ ਕਲੱਬ ਆ, ਦੋ ਕਲੱਬ ਆ ਜਿਵੇਂ ਘਣੀਆਂ ਬਾਜਾ ਕਲੱਬ ਹੋ ਗਿਆ, ਠੀਕ ਹੈ, ਬਾਜ਼ੀਆਂ ਬਹੁਤ ਹੀ ਵਧੀਆ ਲੋਕਾਂ ਨੇ ਸਲਾਹ ਕੀਤੀ, ਪ੍ਰੋਫੈਸਰ ਦੱਸ ਕੇ ਹਟੇ ਆ ਵੀ ਉਹਨਾਂ ਦੀਆਂ ਬਾਜ਼ੀਆਂ ਗੀਆਂ, ਮਤਲਬ ਕਿ ਉਹਨਾਂ ਜੇ ਆਪਾਂ ਜਵਾਕ ਨੂੰ ਵੀ ਭੇਜ ਦਿੰਦੇ ਇਕੱਲੇ ਨੂੰ ਵੀ ਪਿੰਜਰਾ ਲੈ ਕੇ ਜਿੱਥੇ ਕਬੂਤਰ ਛੱਡ ਲਾ, ਮਤਲਬ ਉਹਦੇ 'ਚ ਬੇਇਨਸਾਫੀ ਵੀ ਹੋ, ਠੀਕ ਹੈ, ਮਤਲਬ ਜੇ ਉਹ ਬਾਜ਼ੀ ਬੰਦਾ ਜਿੱਤਦਾ ਤਾਂ ਤੁਹਾਡੇ ਜਵਾਕ ਨੂੰ ਪੈਸੇ ਦੇ ਕੇ ਘਰ ਪਹੁੰਚਦਾ। ਪਹੁੰਚਦਾ ਟੋਪ ਦੀਆਂ ਬਾਜ਼ੀਆਂ, ਇੱਕ ਕਿਲਾਰਾਪੁਰ ਕਲੱਬ ਹੋਇਆ ਗਿਆ ਜੀ, ਜਿਹੜੇ ਆਪਣੇ ਸੋਨੀ ਬ੍ਰਹਮਪੁਰਾ ਹੋਣੀ, ਸੋਨੀ ਬ੍ਰਹਮਪੁਰਾ ਜੀ, ਸੋਨੂ ਰੰਗੀ ਵਾਲਾ, ਰਾਮ ਤਰੀਕੇ ਵਾਲਾ ਤੇ ਜੱਗਾ ਕਲੱਬ ਵੀ ਵਧੀਆ ਮਿਲਦਾ, ਉਹਦਾ ਵੀ ਨਾਮ ਹੈ ਜਿੰਨਾ ਕਿ ਗੱਲਬਾਤ ਬਹੁਤ ਵਧੀਆ ਬਾਜ਼ੀ ਹੁੰਦੀ ਹੈ, ਨਾਮ ਬਾਜ਼ੀ ਦੇਖੋ ਕਿ ਇਹ ਸਾਡੇ ਨਾਲ ਦੂਰ ਜਾ ਵੜਦਾ ਸੀ, ਨਹੀਂ ਜਾਂਦੇ ਉੱਥੇ ਜਿਹੜੀਆਂ, ਮਤਲਬ ਕਿ ਤੁਹਾਨੂੰ ਮੈਂ ਦੱਸ ਰਿਹਾ ਵੀ ਟੌਪ ਕਲੱਬ ਦੀਆਂ ਬਾਜ਼ੀਆਂ ਇਹ ਤਿੰਨੇ ਚਾਰੇ ਆ, ਬਾਕੀ ਅਸੀਂ ਆਪਦੀਆਂ ਬਾਜ਼ੀਆਂ ਕਰਾਈਆਂ ਜੀ, ਪਰ ਉਹਨਾਂ ਦੇ ਮੁਕਾਬਲੇ ਤਾਂ ਨਹੀਂ ਕਰਾ ਸਕੇ, ਉਹ ਆਪਦੇ ਹਿਸਾਬ ਨਾਲ ਵਧੀਆ ਕਰਾ ਲੈਂਦੇ ਹਾਂ ਅਸੀਂ, ਇੱਥੇ 3-4 ਸਾਲ ਹੋ ਗਏ ਸਾਨੂੰ ਕਰਾਉਂਦਿਆਂ ਨੂੰ, ਪਹਿਲੀਆਂ ਬਾਜ਼ੀਆਂ ਅਸੀਂ ਕਰਾਈ ਸੀਗੀ, ਸਾਡੇ ਪਿੰਡ 2-3 ਬਾਜ਼ੀਆਂ ਕਰਾਈਆਂ, ਵਧੀਆ ਕਰਾਈਆਂ ਜੀ ਅਸੀਂ, ਕਰਿਆੜ ਵਾਲੇ ਬਾਜ਼ੀ ਕਰਾਈ ਕਲੱਬ ਦੀ ਐਂਟਰੀ ਵਾਲੀ ਜੀ, ਅਤੇ ਇੱਕ ਅਸੀਂ ਜਿਮ ਦੀ ਬਾਜ਼ੀ ਕਰਾਈ ਸੀਗੀ, ਇੱਕ ਐਤਕੀ 2 ਬਾਜ਼ੀਆਂ ਕਰਾਈਆਂ ਡਿੱਕ ਪਿੰਡ ਅਤੇ ਝੱਬਰ ਪਿੰਡ ਜੀ, ਬਾਕੀ ਐਤਕ ਵੀ ਕਰਾ ਰਹੇ ਹਾਂ ਬਾਜ਼ੀ ਅਸੀਂ, ਇਹ ਮਤਲਬ ਕਿ ਵੀ ਆਪਦੇ ਹਿਸਾਬ ਨਾਲ ਅਸੀਂ, ਮਤਲਬ ਜਿੰਨੀ ਕੋਈ ਮਾੜੀ ਮੋਟੀ ਕਮੀ ਪੇਸ਼ੀ ਉਹਨੂੰ ਦੂਰ ਕਰਨਾ ਚਾਹੁੰਦੇ ਹਾਂ ਵੀ ਅੱਗੇ ਤੋਂ ਹੋਰ ਵਧੀਆ ਬਾਜ਼ੀਆਂ ਹੋਣ, ਉਹ ਕਰਾਉਣਾ ਚਾਹੁੰਦੇ ਹਾਂ। ਮਤਲਬ ਇਹ ਬਾਜ਼ੀਆਂ ਦੀ ਗੱਲ ਆਪਾਂ ਜੀ ਘਣੀਆਂ ਕਲੱਬ ਵਾਲੀਆਂ ਕਰਦੇ ਸੀਗੇ ਜੀ, ਉਹਦੇ ਵਿੱਚ ਤਾਂ ਮਤਲਬ ਕਿ ਉਹਨਾਂ ਨੇ ਟੌਪ ਦੇ ਵਧੀਆ ਪਲੇਅਰ ਹੈ ਜੀ, ਐਤਕੀ ਸਾਰਿਆਂ ਤੋਂ ਮਹਿੰਗੀ ਬਾਜ਼ੀ ਹੋਈ ਹੈ ਜਿਹੜੀ, 12-13 ਲੱਖ ਰੁਪਈਏ ਦੀ ਬਾਜ਼ੀ ਸੀਗੀ, ਉਹ ਘਣੀਆਂ ਕਲੱਬ ਨੇ ਸੁੱਖਰ ਵਾਲੇ ਪਿੰਡ ਵਿੱਚ ਕਰਾਈ ਸੀ, ਜਿੱਥੇ 25,000 ਰੁਪਈਆ ਵਾਧਾ ਲੱਗਿਆ ਸੀ, ਬਹੁਤ ਦੂਰ ਦੂਰ ਦੇ ਪਲੇਅਰ ਉੱਥੇ ਆਏ ਦੇਖਣ ਆਏ, ਦਿੱਲੀ ਤੱਕ ਦੇ ਮਤਲਬ ਪਲੇਅਰਾਂ ਦੀ ਐਂਟਰੀ ਸੀ। ਵੈਰੀ ਗੁੱਡ ਬਾਬਾ ਜੀ, ਜਿਹੜਾ ਕਬੂਤਰ ਸਾਹਮਣੇ ਉੱਡਿਆ ਕਿਹੜੀ ਨਸਲ ਆ? ਆਨੰਦ ਲੈ ਰਹੇ ਆ, ਪਿੱਛੇ ਤੁਸੀਂ ਦੇਖ ਰਹੇ ਹੋ ਕਿੱਡਾ ਵੱਡਾ ਜਾਲ, ਵੱਡੇ ਵੱਡੇ ਜਾਲ ਬਣਾਏ, ਕਬੂਤਰ ਫਿਰਦੇ ਆ, ਸੋ ਕਬੂਤਰ ਵੀ ਤੁਹਾਨੂੰ ਦਿਖਾਉਣੇ ਆ, ਗੱਲਾਂ ਬਾਤਾਂ ਵੀ ਕਰਨੀ ਆ, ਕੁਛ ਕੁ ਪੁਰਾਣੀਆਂ ਜਿੱਦਾਂ ਹੁਣ ਇਹਨਾਂ ਨੇ ਕਿਹਾ